ਮੌਸਮ ਕਾਫੀ ਸੁਹਾਣਾ ਹੋ ਗਿਆ ਦੂਜੇ ਪਾਸੇ ਸਾਡੇ ਪੱਤਰਕਾਰ ਬ੍ਰਿਤ ਨੇ ਮੌਸਮ ਵਿਗਿਆਨਿਕਾਂ ਨਾਲ ਖਾਸ ਕਰਕੇ ਗੱਲਬਾਤ ਕੀਤੀ ਹੈ ਪੰਜਾਬ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਬਾਰਿਸ਼ ਹੋਈ ਮੌਸਮ ਜਿਹੜਾ ਉਹ ਖੁਸ਼ਮਿਜ਼ਾਜ਼ ਹੁੰਦਾ ਨਜ਼ਰ ਆਇਆ ਕਿ ਆ ਮਾਨਸੂਨ ਦੀ दस्तक ਹੈ ਇਸ ਨੂੰ ਲੈ ਕੇ ਮੌਸਮ ਵਿਗਿਆਨਿਕ ਡਾਕਟਰ सुरेंद्र ਪਾਲ ਸਾਡੇ ਨਾਲ ਨੇ ਗੱਲਬਾਤ ਕਰਨੇ ਸਰ ਕੀ ਆ ਮਾਨਸੂਨ ਹਰਿਆਣਾ ਪੰਜਾਬ ਸਈ ਚੰਡੀਗੜ੍ਹ ਦੇ ਵਿੱਚ ਦਸਤਕ ਦੇਣ ਦਾ ਨਜ਼ਰ ਆ ਰਿਹਾ ਹੈ ਹਾਂ ਜ਼ਰੂਰ ਅਗਲੇ 24 ਘੰਟੇ ਲੱਗ ਰਿਹਾ ਕਿ ਮੌਨਸੂਨ ਜਿਹੜਾ ਹੈਗਾ ਉਹ ਹਰਿਆਣਾ ਦੇ ਕੁਝ ਹਿੱਸੇ ਵਿੱਚ ਹਾਲਾਂਕਿ ਸਾਰੇ ਸਾਰੇ ਹਰਿਆਣਾ ਵਿੱਚ ਨਹੀਂ ਲੇਕਿਨ ਜਿਹੜਾ ਈਸਟਰਨ ਪਾਰਟ ਨਾਰਥ ਈਸਟਰਨ ਪਾਰਟ ਹਰਿਆਣਾ ਦਾ ਉੱਥੇ ਆਉਣ ਦੀ ਸੰਭਾਵਨਾ ਹੈਗੀ ਅਗਲੇ 24 ਘੰਟੇ ਉਹਨਾਂ ਚੰਡੀਗੜ੍ਹ ਵੀ ਹੈਗਾ ਕਿਉਂਕਿ ਚੰਡੀਗੜ੍ਹ ਵੀ ਜਿਹੜਾ ਪ੍ਰੀ ਮੌਨਸੂਨ ਐਕਟੀਵਿਟੀ ਸ਼ੁਰੂ ਹੋ ਗਈ ਹੈ ਪਿਛਲੇ ਹੁਣ ਤੁਸੀਂ ਅੱਜ ਸਵੇਰ ਤੋਂ ਜਿਹੜਾ ਮੀਂਹ ਪੈ ਰਿਹਾ ਪੰਜਾਬ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਚ ਕਿਹਾ ਜੇ ਸਮਾਂ ਲੱਗੇਗਾ ਮੌਨਸੂਨ ਨੂੰ ਆਉਣ ਲਈ ਪੰਜਾਬ ਦਾ ਵੀ ਜਿਹੜਾ ਜਿਹੜਾ ਚੰਡੀਗੜ੍ਹ ਦੇ ਨਾਲ ਹਿੱਸੇ ਉੱਥੇ ਤਾਂ ਮੌਨਸੂਨ 24 ਘੰਟੇ ਚ ਕੁਝ ਤਾਂ ਅਸਰ ਹੋਗਾ ਲੇਕਿਨ ਬਾਕੀ ਜਿਹੜਾ ਪੰਜਾਬ ਹੈਗਾ ਉਹਦੇ ਚ ਟਾਈਮ ਲੱਗੂਗਾ ਕੁਝ 3 ਤੋਂ 4 ਦਿਨ ਚ ਮੈਨੂੰ ਲੱਗਦਾ ਕਿ ਜਿਹੜਾ ਆਈ ਮੀਨ ਬਿਗਨਿੰਗ ਆਫ ਦਾ ਅਗਲਾ ਜਿਹੜਾ ਹਫਤਾ ਹੈ ਉਹਦੇ ਚ ਸੰਭਾਵਨਾ ਹੈ ਕਿ ਮੌਨਸੂਨ ਪੰਜਾਬ ਚ ਵੀ ਦਸਤੂਰ ਦਊਗਾ ਸਰ ਕਿਸ ਤਰ੍ਹਾਂ ਦਾ ਮੌਨਸਨ ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੇ ਤੌਰ ਤੇ ਅਗਰ ਗੱਲ ਕਰੀਏ ਪਹਿਲਾਂ ਆਮੂਮਨ ਹੁੰਦਾ ਸੀ ਕਿ 29 30 ਜੂਨ ਤੱਕ ਮੌਨਸਨ ਜਿਹੜਾ ਹੈ ਉਹ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਦਸਤਕ ਦੇ ਜਾਂਦਾ ਸੀ ਲੇਕਿਨ ਐਦਕੀ ਜਿਹੜਾ ਹੈ ਮੌਨਸਨ ਪਹਿਲਾਂ ਤੋਂ ਹੀ ਡਿਲੇ ਹੈ ਤੇ ਕੀ ਮੌਨਸਨ ਦੇ ਵਿੱਚ ਜਿਹੜੀ ਬਾਰਿਸ਼ ਹੁੰਦੀ ਹੈ ਉਸ ਦੇ ਵਿੱਚ ਵੀ ਕਮੀ ਵੇਖਣ ਨੂੰ ਮਿਲ ਸਕਦੀ ਹੈ ਹਾਂ ਦੇਖੋ ਜਨਰਲੀ ਅਗਰ ਤੁਸੀਂ ਪਿਛਲਾ ਡਾਟਾ ਚੱਕੋ ਤਾਂ ਉਹਦੇ ਵਿੱਚ ਇਹ ਕਲੀਅਰ ਹੈ ਕਿ ਜਦੋਂ ਹੀ ਮੌਨਸਨ ਡਿਲੇ ਹੋਇਆ ਹੈ ਕਿ ਓਵਰ 올 ਜਿਹੜਾ ਮੀਂਹ ਪੈਂਦਾ 3-4 ਮਹੀਨੇ ਚੋ 4 ਕੁ ਮਹੀਨੇ ਚੋ ਘਟ ਹੁੰਦਾ ਔਰ ਸੰਭਾਵਨਾ ਇਹ ਸਾਲ ਵੀ ਹੈ ਕਿ ਮੌਨਸੂਨ ਜਿਹੜਾ ਆਏਗਾ ਕੁਝ ਹਲਕਾ ਰਹੂਗਾ ਮਤਲਬ ਬਿਲੋ ਨੋਰਮਲ ਰੈਨ ਦੀ ਸੰਭਾਵਨਾ ਹੈਗੀ ਹੈ ਬਿਲੋ ਨੋਰਮਲ ਰੈਨ ਦੀ ਸੰਭਾਵਨਾ ਹੈ ਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਅੱਜ ਜਿਹੜੀ ਹੈ ਉਹ بارش ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਕਿੰਨੀ ਕੁ بارش ਹੁੰਦੀ ਨਜ਼ਰ ਆਈ ਔਰ ਪ੍ਰੀ ਮੌਨਸੂਨ ਜਿਸ ਤਰ੍ਹਾਂ ਨਾਲ ਤੁਸੀਂ ਕਹਿ ਰਹੇ ਹੋ ਤੇ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀ ਲਗਾਤਾਰ ਇਸੇ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲੇਗਾ ਔਰ ਟੈਂਪਰੇਚਰ ਜਿਹੜਾ ਹੈ ਉਦੇ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੋਈ। ਦੇਖੋ ਜਿਹੜਾ ਮੀਂਹ ਪਿਆ ਉਹ ਖਾਸ ਕਰ ਜਿਹੜਾ ਹੈਗਾ ਇਹ ਜਿਹੜਾ ਪਹਾੜਾਂ ਦੇ ਨਾਲ ਜਿਹੜੇ ਇਲਾਕੇ ਲੱਗਦੇ ਆ ਜਿੱਦਾਂ ਅ ਅੰਬਾਲਾ ਹੋ ਗਿਆ ਪੰਚਕੂਲਾ ਹੋ ਗਿਆ ਉਹ ਤੋਂ ਬਾਅਦ ਚੰਡੀਗੜ੍ਹ ਹੋ ਗਿਆ ਮੁਹਾਲੀ ਹੋ ਗਿਆ ਰੂਪਨਗਰ ਹੋ ਗਿਆ ਯਮਨੋਨਗਰ ਆਏਗਾ ਪਾਣੀਪਤ ਸੋਨੀਪਤ ਕਰਨਾਲ ਇਹਨਾਂ ਇਲਾਕਿਆਂ ਵਿੱਚ ਜਿਹੜਾ ਹੈਗਾ ਮੌਨਸਨਲ ਜਿਹੜਾਗਾ ਚੰਡੀਗੜ੍ਹ ਤੋਂ ਵਿਨਿਤ ਵੀ ਸਾੜਨਾਲ ਜੁੜੇ ਨੇ ਵਿਨਿਤ ਫਿਲਹਾਲ ਲੋਕਾਂ ਨੇ ਤਾਂ ਕਾਫੀ ਇੰਜੋਏ ਕੀਤਾ ਹੋਣਾ ਅੱਜ ਜਿਵੇਂ ਕਿ ਗਰਮੀ ਤੋਂ ਬਾਅਦ ਲੋਕਾਂ ਨੂੰ निजात ਮਿਲੀ ਹੈ ਦੂਜੇ ਪਾਸੇ ਕਿਸਾਨਾਂ ਲਈ ਵੀ ਇਹ ਜਿਹੜਾ ਮੀ ਹੈ ਝੋਨੇ ਦੀ ਫਸਲ ਲਈ ਕਿਤੇ ਨਾ ਕਿਤੇ ਲਾਹੇਬੰਦ ਹੈ ਸਾਫ ਤੌਰ ਤੇ ਸਮਝਿਆ ਜਾ ਸਕਦਾ ਹੈ ਕਿ ਅਗਲੇ 48 ਘੰਟੇ ਨੇ ਕਾਫੀ ਕ੍ਰੂਸ਼ਲ ਦੇਖੋ ਸਿੱਧੇ ਤੌਰ ਤੇ ਅਮਰ ਅਗਰ ਆਪਾਂ ਗੱਲ ਕਰੀਏ ਤੇ ਅੱਜ ਜਿਸ ਤਰ੍ਹਾਂ ਨਾਲ ਪੰਜਾਬ ਔਰ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਹੈ ਪ੍ਰੀ ਮਾਨਸੂਨ ਨੇ ਦਸਤਕ ਦਿੱਤੀ ਹੈ ਔਰ ਅਗਲੇ 24 ਘੰਟੇ ਦੇ ਅੰਦਰ ਅੰਦਰ ਪੰਜਾਬ ਔਰ ਅਗਰ ਆਪਾਂ ਹਰਿਆਣਾ ਦੀ ਗੱਲ ਕਰੀਏ ਜਾਂ ਫਿਰ ਚੰਡੀਗੜ੍ਹ ਦੀ ਗੱਲ ਕਰੀਏ ਇੱਥੇ ਪ੍ਰੋਪਰ ਮਾਨਸੂਨ ਜਿਹੜਾ ਉਹ ਪਹੁੰਚਦਾ ਹੈ ਨਜ਼ਰ ਆਏਗਾ ਹਾਲਾਂਕਿ ਮੌਸਮ ਵਿਭਾਗ ਦਾ ਦਾਅਵਾ ਹੈ ਕਿ 24 ਘੰਟੇ ਦੇ ਅੰਦਰ ਅੰਦਰ ਹਰਿਆਣਾ ਔਰ ਚੰਡੀਗੜ੍ਹ ਦੇ ਅੰਦਰ ਤੇ ਪ੍ਰੋਪਰ ਦਸਤਕ ਹੋ ਜਾਏਗੀ ਮਾਨਸੂਨ ਦੀ ਲੇਕਿਨ ਅਗਰ ਪੰਜਾਬ ਦੀ ਗੱਲ ਕਰੀਏ ਤੇ ਇਸ ਤਰ੍ਹਾਂ ਨਾਲ ਮੌਸਮ ਦਾ ਮિજાਜ ਅਚਾਨਕ ਨਾਲ ਬਦਲਿਆ ਤੇ ਇਸ ਨੂੰ ਲੈ ਕੇ ਕਿਤਨਾ ਕਿਥੇ ਰਾਹਜ਼ ਜ਼ਰੂਰ ਲੋਕਾਂ ਨੂੰ ਮਿਲੀਏ ਕਿਉਂਕਿ ਚਿਲਚਲاتی ਜਿਹੜੀ ਧੂਪ ਸੀ ਜਾਂ ਫਿਰ ਆਪਾਂ ਗਰਮੀ ਦੀ ਗੱਲ ਕਰੀਏ ਉਸ ਜੇ ਨਿਜ਼ਾਤ ਮਿਲੀ ਔਰ ਇਸੇ ਕਰਕੇ ਚੰਡੀਗੜ੍ਹ ਦੇ ਜਿਹੜੇ ਪ੍ਰਾਇਟਿਕ ਸਥਾਨਾਂ ਉਹਨਾਂ ਦਾ ਨਜ਼ਾਰਾ ਵੀ ਤੁਹਾਨੂੰ ਦਿਖਾਉਣਾ ਚਾਹੁੰਗਾ ਇਸ ਵਕਤ ਮੈਂ ਹਾਰਟ ਆਫ ਦਾ ਸਿਟੀ ਚੰਡੀਗੜ੍ਹ ਸੁਖਣਾ ਲੇਕ ਦੇ ਉੱਪਰ ਮੌਜੂਦ ਹਾਂ ਜਿੱਥੇ ਤੁਸੀਂ ਚਾਹਲ ਕਦਮੀ ਦੇਖ ਸਕਦੇ ਹੋ ਕਿਉਂਕਿ ਇਸ ਸਮੇਂ ਆਮੂਮਨ ਅਗਰ ਆਪਾਂ ਚੰਡੀਗੜ੍ਹ ਲੇਕ ਦੀ ਗੱਲ ਕਰੀਏ ਤੇ ਇੱਥੇ ਨਜ਼ਾਰਾ ਰਹਿਦਾ ਸੀ ਕੋਈ ਲੋਕ ਇੱਥੇ ਜਿਹੜਾ ਹੈ ਉਹ ਖੁਸ਼ਗਵਾਰ ਹੋਇਆ ਤੇ ਲੋਕਾਂ ਦਾ ਵੱਡਾ ਹਜੂਮ ਵੀ ਇਸ ਪ੍ਰੈਟਿਕਸਲ ਦੀ ਤਰਫ ਉਮੜਦਾ ਹੋਇਆ ਨਜ਼ਰ ਆ ਰਿਹਾ ਕੋਈ ਸੈਲਫੀਆਂ ਖਿਚਾ ਰਿਹਾ ਕੋਈ ਵੋਟਿੰਗ ਕਰ ਰਿਹਾ ਕੋਈ ਜਿਹੜੇ ਇੱਥੇ ਕਹਿ ਸਕਦੇ ਆ ਕਿ ਹੋਰ ਖੇਡ ਖਲੋਣੇ ਲੱਗੇ ਹੋਇਆ ਉਹਨਾਂ ਦਾ ਲੁਤਫ ਉਤਾਰਿਆ ਯਾਨੀ ਸਿੱਧੇ ਤੌਰ ਤੇ ਓਵਰਆਲ ਲੋਕਾਂ ਨੂੰ ਜਿਹੜੀ ਭੀषण ਗਰਮੀ ਪੈ ਰਹੀ ਸੀ ਉਸ ਤੋਂ ਜ਼ਰੂਰ ਰਾਹਤ ਮਿਲੀ ਹੈ ਔਰ ਉਸੇ ਦਾ ਨਜ਼ਾਰਾ ਇੱਥੇ ਵੇਖਣ ਨੂੰ ਮਿਲ ਰਿਹਾ ਜੀ ਅਮਰ ਦੂਜੇ ਪਾਸੇ ਜੇ ਚੰਡੀਗੜ੍ਹ ਦੀ ਗੱਲ ਕਰਾਂ ਵਿਨੀਤ ਮੈਂ ਕਹੀਂ ਥਾਮਾ ਤੇ ਅੱਜ ਵੇਖਿਆ ਗਿਆ ਹੈ ਕਿ ਥੋੜੇ ਜੇ ਮੀਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਾਈਆਂ ਨੇ ਹੇਠਲੇ ਇਲਾਕਿਆਂ ਦੀ ਗੱਲ ਕਰੀਏ ਭਾਵੇਂ ਸੜਕਾਂ ਦੀ ਗੱਲ ਕਰੀਏ ਤਾਂ ਜਲ ਪ੍ਰਾਪ ਦੀਆਂ ਸਥਿਤੀ ਵੇਖਣ ਨੂੰ ਮਿਲੀ ਹੈ ਆਪਾਂ ਕਹਿ ਸਕਦੇ ਹਾਂ ਕਿ ਨਿਗਮ ਦੀਆਂ ਤਿਆਰੀਆਂ ਡਰੇਨੇਜ ਨੂੰ ਲੈ ਕੇ ਅਜੇ ਵੀ ਮੁਕੰਮਲ ਤੌਰ ਤੇ ਪੂਰੀਆਂ ਨਹੀਂ ਹੈ ਦੇਖੋ ਅਮਰ ਅਗਰ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਤੇ ਜਦੋਂ ਵੀ ਚੰਡੀਗੜ੍ਹ ਦੇ ਵਿੱਚ ਮੀਂਹ ਪੈਂਦਾ ਹੈ ਤੇ ਕਈ ਏਰੀਆ ਇਹੋ ਜਿਹੇ ਨੇ ਜਿੱਥੇ ਜਲਪ੍ਰਾਪ ਦੀ ਸਮੱਸਿਆ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਹੈ ਲੇਕਿਨ ਕਹਿ ਸਕਦੇ ਆ ਕਿ ਮੀਂਹ ਤੋਂ 15 ਜਾਂ 20 ਮਿੰਟ ਤੋਂ ਬਾਅਦ ਹੀ ਜਿਹੜੀ ਉਹ ਜਲਪ੍ਰਾਪ ਦੀ ਸਮੱਸਿਆ ਹੈ ਉਹ ਖਤਮ ਹੁੰਦੀ ਨਜ਼ਰ ਆਉਂਦੀ ਹੈ ਕਿਉਂਕਿ ਜਲ ਜਿਹੜਾ ਹੈ ਉਹ ਉਹਨਾਂ ਇਲਾਕਿਆਂ ਤੋਂ ਪਲਾਈਨ ਕਰਦਾ ਹੋਇਆ ਨਜ਼ਰ ਆਉਂਦਾ ਹੈ ਲੇਕਿਨ ਇੱਥੇ ਇੱਕ ਵੱਡੀ ਸਮੱਸਿਆ ਜ਼ਰੂਰ ਮੀਂਹ ਦੇ ਟਾਈਮ ਵੇਖਣ ਨੂੰ ਮਿਲਦੀ ਹੈ ਕਿ ਓਵਰ ਜਾਮ ਦੀ ਸਥਿਤੀ ਜਿਹੜੀ ਹੈ ਉਹ ਕਈ ਕਈ ਏਰੀਆ ਦੇ ਵਿੱਚ ਜਿਹੜੀ ਨੂੰ ਲੈ ਕੇ ਪ੍ਰਸ਼ਾਸਨ ਜਿਹੜਾ ਉਹ ਵੱਡੇ ਪੱਧਰ ਤੇ ਕੰਮ ਕਰਨ ਦੀ ਕਵਾਇਤ ਦੇ ਵਿੱਚ ਜੁਟਿਆ ਹੋਇਆ ਲੇਕਿਨ ਅਗਰ ਆਪਾਂ ਸੀਵਰੇਜ ਸਿਸਟਮ ਦੀ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਤੇ ਫਿਲਹਾਲ ਸਥਿਤੀ ਜਿਹੜੀ ਹੈ ਓਵਰ ਕੰਟਰੋਲ ਕੀਤੀ ਹੋਈ ਹੈ ਲੇਕਿਨ ਹੋਰ ਜਿਹੜੇ ਆਪਾਂ ਗੁਆਂਡੀ ਸੂਬਿਆਂ ਦੀ ਗੱਲ ਕਰੀਏ ਚਾਹੇ ਆਪਾਂ ਜ਼ਿਰਖਪੁਰ ਦੇ ਆਸ-ਪਾਸ ਦੇ ਏਰੀਆ ਦੀ ਗੱਲ ਕਰੀਏ ਚਾਹੇ ਪੰਚਕੁਲਾ ਦੇ ਆਸ-ਪਾਸ ਦੇ ਏਰੀਆਜ਼ ਦੀ ਗੱਲ ਕਰੀਏ ਤੇ ਉੱਥੇ ਜ਼ਰੂਰ ਸੀਵਰੇਜ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਉੱਥੇ ਜ਼ਰੂਰ ਕੰਮ ਕਰਨ ਦੀ ਲੋੜ ਹੈ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸੋਹਣਾ ਹੋ ਗਿਆ ਹੈ ਤਿਹਾਰ ਕੋਈ ਮੌਸਮ ਨੂੰ ਇੰਜੋਏ ਕਰ ਰਹਾ ਹੈ